ਬਜਟ 'ਚ ਕੀ ਪਾਇਆ, ਕੀ ਖੋਇਆ, ਇਸ ਬਾਰੇ ਜਾਣਨ ਲਈ ਸਾਡੇ ਨਾਲ ਹੈਗੇ ਇੰਡਸਟਰੀ ਡਾਕਟਰ ਅਸ਼ੋਕ ਖੰਨਾ ਜੀ, ਪੀ ਐੱਚ ਡੀ ਚੈਂਬਰ ਦੇ ਸਾਬਕਾ ਪ੍ਰਧਾਨ, ਗੱਲ ਕਰਦੇ ਹਾਂ। ਡਾਕਟਰ ਸਾਹਿਬ, ਬਜਟ 'ਚ ਕੀ ਖੋਇਆ, ਕੀ ਪਾਇਆ, ਸਭ ਤੋਂ ਪਹਿਲਾਂ ਰਿਐਕਸ਼ਨ? ਮੇਰਾ ਖਿਆਲ ਓਵਰਆਲ ਤਾਂ ਠੀਕ ਹੀ ਹੈ ਜੀ, ਓਵਰਆਲ ਪਲੱਸ ਮਾਈਨਸ ਅਗਰ ਕੀਤੇ ਜਾਣ ਜੀ ਤਾਂ ਠੀਕ ਹੀ ਹੈ। ਸਟਾਕ ਮਾਰਕੀਟ ਤਾਂ ਡਾਊਨ ਚਲੇ ਗਈ ਹੈ, ਉਹਦਾ ਕਈ ਕਾਰਨ ਹੁੰਦੇ ਹੈ। ਉਹਨਾਂ ਦੀ ਐਕਸਪੈਕਟੇਸ਼ਨ ਸੀ, ਉਹ ਇਹਨਾਂ ਨੇ ਪੂਰੀ ਨਹੀਂ ਕੀਤੀ। ਬਟ ਅਦਰਵਾਈਜ਼ ਹੈ, ਐਤਕੀ ਜ਼ੋਰ ਜ਼ਿਆਦਾ ਸਿੰਪਲੀਫਿਕੇਸ਼ਨ 'ਤੇ ਹੈ। ਕੰਪਨੀਜ਼ ਐਕਟ ਨੂੰ ਵੀ ਅਮੈਂਡ ਕਰਨ ਲੱਗੇ ਹੈ। ਲੌਂਗ ਟਰਮ ਵਿਊ ਰੱਖਿਆ ਫਾਈਨੈਂਸ ਮਿਨਿਸਟਰ ਨੇ ਕਿ ਕੰਟਰੀ ਦੇ ਵਿੱਚ ਜਿਹੜੀਆਂ ਐੱਮ ਐੱਸ ਐੱਮ ਈ ਦੇ ਵਿੱਚ ਵੀ ਬੜੀਆਂ ਦਿੱਕਤਾਂ ਸੀ, 1 ਕਰੋੜ ਤੋਂ ਉਹਨਾਂ ਨੇ 5 ਕਰੋੜ ਕਰ ਦਿੱਤੀ ਹੈ। ਉਹ ਇਹਦੇ ਨਾਲ ਤਾਂ ਕਿ ਲੋਕਾਂ ਨੂੰ ਜਿਹੜੀ ਪ੍ਰੋਬਲਮ ਸੀ ਨਾ ਡੇ ਟੂ ਡੇ, ਉਹ ਹਟ ਜਾਏ। ਔਰ ਫਿਰ ਉਹ ਜਿਹੜੀ ਟੈਕਸ ਦੀ ਐਗਜ਼ੰਪਸ਼ਨ ਹਟਾ ਦਿੱਤੀ ਹੈ, ਐਗਜ਼ੰਪਸ਼ਨ ਹਟਾ ਕੇ ਤੁਸੀਂ ਫਲੈਟ ਲੈ ਲਓ, ਤੁਹਾਡੀ ਆਪਸ਼ਨ ਹੈ ਜੀ। ਬੜੀ ਮੇਰੇ ਸਮਝ ਨਾਲ ਜਿਹੜੀ ਜ਼ਿਆਦਾ ਡਿਪੈਂਡੈਂਸ ਸੀ ਨਾ ਚਾਰਟਰਡ ਅਕਾਊਂਟੈਂਟਸ 'ਤੇ, ਕੰਪਨੀ ਸੈਕਟਰੀਜ਼ 'ਤੇ, ਉਹ ਫਰਕ ਪੈ ਜਾਏਗਾ। ਡਾਕਟਰ ਸਾਹਿਬ, ਅਗਰ ਪੰਜਾਬ ਦੇ ਸਿਨੈਰੀਓ ਨਾਲ ਗੱਲ ਕਰੀਏ ਤਾਂ ਪੰਜਾਬ ਦੇ ਲੋਕਾਂ ਲਈ ਕੀ ਇਸ ਬਜਟ ਦੇ ਵਿੱਚ ਹੈਗਾ? ਨਹੀਂ, ਪੰਜਾਬ ਬਜਟ ਕੋਈ ਖਾਲੀ ਇੱਕ ਸਟੇਟ ਵਾਸਤੇ ਤਾਂ ਨਹੀਂ ਹੁੰਦਾ, ਬਜਟ ਤਾਂ ਓਵਰਆਲ ਹੈ ਜੀ। ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਜਿਹੜੀ ਸਟਰੈਂਥ ਹੈ ਉਹ ਹੀ ਐਂਟਰਪ੍ਰਨਰਸ ਦੀ ਜੀ, ਅਤੇ ਐਂਟਰਪ੍ਰਨਰਸ ਨੂੰ ਬੜਾਵਾ ਮਿਲੇਗਾ। ਜਿਸ ਲਈ ਅਸੀਂ ਗੌਰਮੈਂਟ ਦੇ ਜਕੜੇ 'ਚੋਂ ਨਿਕਲਾਂਗੇ ਅਤੇ ਇੱਕ ਜਿਹੜਾ ਚਾਰਟਰਡ ਅਕਾਊਂਟੈਂਟ ਚਾਹੀਦਾ, ਕੰਪਨੀ ਸੈਕਟਰੀ ਚਾਹੀਦਾ, ਬਹੁਤ ਬਹੁਤ ਜ਼ਿਆਦਾ ਇਹਨਾਂ ਨੇ ਲਾਜ਼ ਰੱਖੇ ਹੋਏ ਸੀ ਉਹਦੇ ਨਾਲ। ਉਹਨੇ ਦਿਖਾਇਆ ਅੱਜ ਫਾਈਨੈਂਸ ਮਿਨਿਸਟਰ ਨੇ 70 ਐਗਜ਼ੰਪਸ਼ਨਸ ਉਹਨੇ ਕਿਹਾ ਮੈਂ ਹਟਾ ਦਿੱਤੀਆਂ ਜਿਹੜੀ ਇੰਨੇ ਸਾਲਾਂ ਤੋਂ ਸੀ। ਉਹ ਐਗਜ਼ੰਪਸ਼ਨਾਂ ਦਾ ਕੋਈ ਮਤਲਬ ਨਹੀਂ ਹੁੰਦਾ, ਕੋਈ ਇੰਨਾ ਯਾਦ ਰੱਖੋ, ਉਹ ਯਾਦ ਰੱਖੋ, ਗੱਲ ਤਾਂ ਸਿੱਧੀ ਹੋਣੀ ਚਾਹੀਦੀ। ਇਹਨਾਂ ਇੰਨਾ ਕਮਾਇਆ, ਇੰਨਾ ਟੈਕਸ ਦਿੱਤਾ, ਇਹ ਐਗਜ਼ੰਪਸ਼ਨ ਲਓ, ਉਹ ਐਗਜ਼ੰਪਸ਼ਨ ਲਓ। ਉਹਨਾਂ ਨੇ ਕਿਹਾ ਚਲੋ ਤੁਸੀਂ ਐਗਜ਼ੰਪਸ਼ਨ ਲੈਣੀ ਹੈ ਤਾਂ ਲੈ ਲਓ। ਉਹ 2 ਆਪਸ਼ਨਸ ਦੇ ਦਿੱਤੀਆਂ, ਜੇ ਤੁਹਾਨੂੰ ਉਹ 'ਚ ਮਜ਼ਾ ਆਉਂਦਾ ਤਾਂ ਲਓ, ਜੇ ਫਾਇਦਾ ਹੁੰਦਾ ਤਾਂ ਲਓ। ਜਿਹੜੀ ਸੈਲਰੀ ਕਲਾਸ ਲਈ ਇਹਨਾਂ ਨੇ ਅੱਜ ਨਵੇਂ ਟੈਕਸ ਸਲੈਬਸ ਬਣਾਏ ਆ, ਉਸ ਨੂੰ ਤੁਸੀਂ ਕਿਵੇਂ? ਮੈਂ ਤਾਂ ਕਹਿੰਦਾ ਅੱਛੇ, ਸਰਪਲਸ ਮਨੀ ਵਿਲ ਕਮ ਇਨ ਟੂ ਦ ਮਾਰਕੀਟ, ਜਿਹਦੇ ਨਾਲ ਆਉਣ ਨਾਲ ਕੰਪਨੀ ਮਾਰਕੀਟ ਦੇ ਵਿੱਚ ਪੈਸਾ ਆਉਣ ਨਾਲ ਉਹਦੇ ਨਾਲ ਕੰਜ਼ੂਮਰ ਉੱਠੇਗਾ, ਮੇਰੇ ਖਿਆਲ 'ਚ ਉੱਠੇਗਾ। ਮੇਰਾ ਆਪਣਾ ਵਿਊ ਹੈ, ਕੰਜ਼ੂਮਰ ਗੁੱਡਸ ਵਿਕਣਗੇ, ਪੈਸਾ ਮਾਰਕੀਟ 'ਚ ਆਏਗਾ, ਫਿਰ ਇਕੋਨਮੀ ਦੇ ਚਾਂਸਿਸ ਹੈਗੇ ਹੈ, ਇਹ ਇੱਕ ਵਾਰੀ ਦੁਬਾਰਾ ਗੇੜਾ ਸ਼ੁਰੂ ਹੋ ਜਾਵੇ। ਬਿਲਕੁਲ ਬੈਠ ਹੀ ਗਿਆ ਸੀ ਕੰਮ, ਮੇਰਾ ਖਿਆਲ ਉਹ ਉੱਠੇਗਾ। ਹਰ ਡਿਸਟ੍ਰਿਕਟ 'ਚ ਮੈਡੀਕਲ ਕਾਲਜ ਖੋਲ੍ਹਣੇ ਹੈ, ਕੁਛ ਐਸਾ ਦੀ ਹੋਰ ਜਿਹੜੀ ਇਹਨਾਂ ਨੇ ਮੈਡੀਕਲ ਕਾਲਜ ਖੋਲ੍ਹਣ ਦਾ ਉਹਨੇ ਕਿਹਾ ਅਟੈਚ ਕਰੋ ਨਾਲ ਹਸਪਤਾਲ ਦੇ, ਦਿਸ ਅ ਗੁੱਡ ਥਿੰਗ। ਔਰ ਕਿਉਂਕਿ ਅਲਟੀਮੇਟਲੀ ਤਾਂ ਮੈਡੀਕਲ ਡਾਕਟਰ ਤਾਂ ਚਾਹੀਦੇ ਹੀ ਹੈ ਨਾ। ਜਿਵੇਂ ਲਾਸਟ ਈਅਰ ਇਹਨਾਂ ਨੇ ਕਿਹਾ ਸੀਗਾ ਕਿ ਕਿਸਾਨਾਂ ਦੀ ਜਿਹੜੀ ਆਮਦਨੀ ਦੁੱਗਣੀ ਕੀਤੀ ਜਾਏਗੀ 2022 ਤੱਕ, ਇੱਕ ਵਾਰ ਅੱਜ ਵੀ ਫਿਰ ਕਿਹਾ ਉਹਨਾਂ ਨੇ ਦੁੱਗਣੀ। ਹੁਣ ਦੇਖੋ, ਪਰ ਜਿਹੜੀਆਂ ਸੁਇਸਾਈਡ ਡੈਥਸ ਹੈ ਉਹ ਤਾਂ ਨਹੀਂ ਘੱਟ ਰਹੀਆਂ, ਕਹਿੰਦੇ ਇਹ ਡਬਲ ਕਰਾਂਗੇ, ਕਿਸ ਤਰ੍ਹਾਂ ਕਰਾਂਗੇ ਪਤਾ ਨਹੀਂ, ਹੋ ਜਾਏ ਤਾਂ ਬਹੁਤ ਅੱਛਾ। ਫਾਰਮਿੰਗ ਖਾਸ ਕਰ ਤੁਸੀਂ ਪੰਜਾਬ ਦਾ ਪੁੱਛਿਆ ਅਤੇ ਪੰਜਾਬ ਵਾਸਤੇ ਤਾਂ ਐਗਰੀਕਲਚਰ ਇਜ਼ ਮੋਸਟ ਇੰਪੋਰਟੈਂਟ ਜੀ। ਅਤੇ ਬੈਂਕਾਂ ਲਈ ਜਿਹੜਾ ਇਹਨਾਂ ਨੇ ਕਿਹਾ ਕਿ ਪੈਸਾ ਰੱਖਿਆ ਗਿਆ ਉਹਨਾਂ ਲਈ, ਅਤੇ ਨਾਲ LIC ਨੂੰ ਉਹਨਾਂ ਨੇ ਕਿਹਾ ਕਿ ਉਹਦੇ ਬੈਂਕ ਦੇ ਵਿੱਚ ਉਹਨਾਂ ਨੇ ਕਿਹਾ ਪਹਿਲਾਂ ਤੁਹਾਡੀ FD ਪਈ ਹੁੰਦੀ ਸੀ ਨਾ, 1 ਲੱਖ ਤੱਕ ਇੰਸ਼ੋਰੈਂਸ ਸੀ, ਉਹਨਾਂ ਨੇ 1 ਲੱਖ ਤੋਂ ਲੈ ਕੇ 5 ਲੱਖ ਕਰ ਦਿੱਤਾ। ਚਲੋ, ਕੰਜ਼ੂਮਰ ਨੂੰ ਫਾਇਦਾ ਹੋਏਗਾ ਇਸ ਨਾਲ? ਨਹੀਂ, ਕੰਜ਼ੂਮਰ ਕੀ, ਇਨਵੈਸਟਰ ਨੂੰ, ਹਾਂ, ਹਰ ਇੱਕ ਨੂੰ। ਤੁਹਾਡਾ ਪੈਸਾ ਪਿਆ FD, ਉਹਨੂੰ 1 ਲੱਖ ਰੁਪਈਆ ਤੁਹਾਨੂੰ ਦੇ ਕੇ ਤਾਂ ਤੁਸੀਂ ਬੰਨੇ ਹੋ, ਅਗਰ ਬੈਂਕ ਫੇਲ ਹੋ ਜਾਂਦਾ ਤਾਂ। ਹੁਣ ਉਹਨਾਂ ਨੇ ਉਹਦਾ 1 ਲੱਖ ਦੇ ਬਦਲੇ 5 ਲੱਖ ਕਰ ਦਿੱਤਾ। ਓਵਰਆਲ ਅਗਰ ਗੱਲ ਕਰੀਏ ਸਰ, ਬਜਟ ਨੂੰ ਕਿਵੇਂ ਵੇਖਦੇ ਹੋ? ਅਗਰ ਮੈਂ ਤਾਂ ਕਹਾਂਗਾ ਬੈਲੈਂਸ ਬਜਟ ਹੈ, ਬੈਲੈਂਸਡ। ਥੈਂਕ ਯੂ, ਧੰਨਵਾਦ। ਬਿਲਕੁਲ, ਇਹ ਸੀਗੇ ਡਾਕਟਰ ਅਸ਼ੋਕ ਖੰਨਾ, ਸਾਬਕਾ ਪ੍ਰਧਾਨ PhD ਚੈਂਬਰ ਆਫ ਕਾਮਰਸ ਦੇ। ਇਹਨਾਂ ਨੇ ਸਾਫ਼ ਕਿਹਾ ਕਿ ਜਿਹੜਾ ਬਜਟ ਹੈ ਇਹ ਬੈਲੈਂਸ ਬਜਟ ਹੈ, ਹਰ ਜਿਹੜੀ ਹੈ ਖੇਤਰ ਵਾਸਤੇ ਕੁਛ ਨਾ ਕੁਛ ਰੱਖਿਆ ਗਿਆ, ਲੇਕਿਨ ਜਿੱਥੇ ਤੱਕ ਆਮ ਬੰਦੇ ਦੀ ਗੱਲ ਹੈ ਉਹ ਬਜਟ ਦੇ ਵਿੱਚ ਕਿੱਥੇ ਨਾ ਕਿੱਥੇ ਕੁਛ ਘਾਟ ਜ਼ਰੂਰ ਹੈਗੀ, ਲੇਕਿਨ ਓਵਰਆਲ ਬਜਟ ਜਿਹੜਾ ਦੱਸਿਆ ਗਿਆ ਉਹ ਬੈਲੈਂਸ ਬਜਟ ਹੈ। ਚੰਡੀਗੜ੍ਹ ਤੋਂ ਕਹਿੰਦਾ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ
ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, ਪੀਆਰ, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।